ਆਉਂਦੀਆਂ ਜਿਹੜੇ ਫੌਜੀ ਇਸ ਦੇਸ਼ ਦੀ ਰੱਖਿਆ ਲਈ ਲੜਦੇ ਆ। ਸੋ ਇਹ ਅਸੀਂ ਆਸ ਤੇ ਭਰੋਸੇ ਦੇ ਨਾਲ ਗਾਂ ਦੀ ਜਿਹੜੀ ਕਾਰਵਾਈ ਵੀ ਬੰਦੀ ਸਿੰਘਾਂ ਦੀ ਤੇ ਬਾਕੀ ਦੂਜੇ ਮਸਲੇ ਜਿਹੜੇ ਆ ਉਹ ਸਾਰੇ ਇਹਨਾਂ ਦੇ ਨਾਲ ਡਿਸਕਸ ਕਰਕੇ ਆਏ ਆ। ਪੰਜਾਬ ਦੇ ਮੁੱਦੇ ਸਾਡੇ ਦੋ ਤਿੰਨ ਸੀਗੇ ਜਿਹੜੇ ਅਹਿਮ ਮੁੱਦਿਆਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਸੈਂਬਲੀ ਦੇ ਵਿੱਚ ਇਹਨੇ ਇੱਕ ਮਤਾ ਪਾ ਦਿੱਤਾ ਸੀ। ਅੱਜ 103 ਸਾਲ ਹੋ ਗਏ, 103 ਸਾਲ ਦੇ ਵਿੱਚ ਕਿਸੇ ਸਰਕਾਰ ਨੇ ਇਹ ਹਮਾਕਤ ਨਹੀਂ ਕੀਤੀ ਕਿ ਉਹ ਐਕਟ ਦੇ ਵਿੱਚ ਕੋਈ ਸੋਧ ਕਰਦਾ। ਉਹ ਸੋਧ ਕੀਤੀ ਸੀ, ਗਵਰਨਰ ਸਾਹਿਬ ਨੇ ਜਿਹੜਾ ਹਾਊਸ ਹੈਗਾ ਉਹਨੂੰ ਇਲੀਗਲ ਡਿਕਲੇਅਰ ਕਰ ਦਿੱਤਾ ਸੀ। ਫਿਰ ਉਹ ਸੁਪਰੀਮ ਕੋਰਟ ਤੋਂ ਅਥਾਰਟੀ ਆਈ, ਅਸੀਂ ਵੀ ਉਹਨੂੰ ਮਨਿਊਟਲੀ ਬਾਚ ਕੀਤਾ ਅਤੇ ਗਵਰਨਰ ਸਾਹਿਬ ਵੀ ਕਰ ਰਹੇ ਆ ਅਤੇ ਅਸੀਂ ਉਹ ਬੇਨਤੀ ਕਰਕੇ ਆਏ ਹਾਂ ਕਿ ਸੈਂਟਰਲ ਐਕਟ ਐਜ ਇਟ ਜੇ ਖੜ੍ਹਾ ਆ। ਕੱਲ੍ਹ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਈ ਆ, ਹਰਿਆਣੇ ਦੇ ਦੋ ਮੈਂਬਰ ਸਾਹਿਬਾਨ, ਇੱਕ ਸਾਬਕਾ ਮੈਂਬਰ ਆ, ਇੱਕ ਮੌਜੂਦਾ ਮੈਂਬਰ ਆ, ਅਤੇ ਉਹਦੇ 'ਚ ਨੋਟਿਸ ਆਫ ਮੋਸ਼ਨ ਵੀ 2 ਦਸੰਬਰ ਦਾ ਜਾਰੀ ਹੋ ਗਿਆ। ਉਹ ਵੀ ਇਹਦੇ ਨਾਲ ਹੀ ਸੰਬੰਧ ਆ ਕਿਉਂਕਿ ਇਹ ਸੈਂਟਰਲ ਐਕਟ ਆ ਅਤੇ ਇਹਨੂੰ ਸਟੇਟ ਗੌਰਮੈਂਟ ਨੂੰ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ। ਉਹ ਵੀ ਇਹਨਾਂ ਨਾਲ ਬੈਠ ਕੇ ਡਿਸਕਸ। ਧਾਮੀ ਸਾਹਿਬ, ਰਾਜੋਆਣਾ ਬਾਰੇ ਤੁਸੀਂ ਕਿਹਾ ਵੀ ਕੇਂਦਰ ਸਰਕਾਰ ਨੂੰ ਵਕਤ ਜਿਹੜਾ ਮਿਲੇਗਾ ਔਰ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਅਲਟੀਮੇਟਮ ਵੀ ਦਿੱਤਾ ਜਿਹੜੀ ਅਪੀਲ ਜਿਹੜੀ ਆ ਵਾਪਸ ਕੀਤੀ ਜਾਵੇ, ਜੇ ਕੇਂਦਰ ਸਰਕਾਰ ਨਹੀਂ ਮੰਨਦੀ ਤਾਂ ਸ਼੍ਰੋਮਣੀ ਕਮੇਟੀ ਦਾ ਕੀ ਸਟੈਂਡ ਹੋਏਗਾ? ਦੇਖੋ, ਅਸੀਂ ਪਹਿਲਾਂ ਤਾਂ ਡੈਮੋਕ੍ਰੈਟਿਕ ਨੌਰਮ ਦੇ ਵਿੱਚ ਰਹਿ ਕੇ ਅਤੇ ਅਗਾਂਹ ਵੀ ਇਸ ਗੱਲ ਦਾ ਯਕੀਨ ਦਿਵਾਉਂਦੇ ਕਿ ਅਸੀਂ ਵੀ ਇਸ ਸ਼ਹਿਰ ਮੁਲਕ ਦੇ ਜਿਹੜੇ ਆਜ਼ਾਦੀ ਘੁਲਾਟੀਆਂ ਦੇ ਵਿੱਚ ਵਧੇਰੇ ਯੋਗਦਾਨ ਸਿੱਖਾਂ ਦਾ ਪਿਆ ਅਤੇ ਪੰਜਾਬੀਆਂ ਦਾ ਪਿਆ ਅਤੇ ਅੱਜ ਵੀ ਪਾ ਰਹੇ ਹਾਂ ਅਤੇ ਅਸੀਂ ਜਾ ਕੇ ਸਰਕਾਰ ਕੋਲ ਇਸ ਗੱਲ ਦੀ ਮੰਗ ਕਰਾਂਗੇ ਅਤੇ ਮੈਨੂੰ ਆਸ ਆ ਵੀ ਸਾਨੂੰ ਨਿਰਾਸ਼ ਨਹੀਂ ਕਰਨਗੇ। ਜੇ ਕੋਈ ਨਹੀਂ ਐਕਸ਼ਨ ਹੁੰਦਾ ਫਿਰ ਬੈਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਗਾਹਾਂ ਜਿਹੜਾ ਫਰਦਰ ਲਾਈਨ ਕੋਰਸ ਆਫ ਐਕਸ਼ਨ ਹੋਊਗਾ ਉਹ ਕਰਾਂਗੇ। ਚਲੋ, ਉਹਦੇ ਲਈ ਦੇਖੋ, ਹੁਣ ਅੱਜ ਵੀ ਤੁਸੀਂ ਚੰਗੀ ਗੱਲ ਤੁਸੀਂ ਸਵਾਲ ਕੀਤਾ, ਅੱਜ ਵੀ ਸੋਸ਼ਲ ਦੇਖੋ ਦੋ ਗੱਲਾਂ ਆ, ਤੁਸੀਂ ਆਹ ਸਾਰੇ ਚੈਨਲ ਚਲਾ ਰਹੇ ਹਾਂ, ਮੈਂ ਆਪ ਸ਼੍ਰੀ ਅਨੁਰਾਗ ਠਾਕੁਰ ਜੀ ਨੂੰ ਜਿਹੜੇ ਬ੍ਰੌਡਕਾਸਟਿੰਗ ਮਿਨਿਸਟਰ ਆ, ਮਹਿਤਾ ਸਾਹਿਬ ਮੇਰੇ ਨਾਲ ਸੀ, ਅਸੀਂ ਆਪ ਉਹਨਾਂ ਨੂੰ ਮਿਲ ਕੇ ਆਏ, ਨਾਲ ਸ਼੍ਰੀ ਸੋਮ ਪ੍ਰਕਾਸ਼ ਜੀ ਨਾਲ ਸੀਗੇ, ਉਹਨਾਂ ਨੇ ਸਾਡੀ ਚਿੱਠੀ ਜਿਹੜੀ ਸੀ ਆਪਣੇ ਮਹਿਕਮੇ ਨੂੰ ਭੇਜੀ। ਇਹ ਪਿੱਛੇ ਫਿਰ ਮਹਿਤਾ ਸਾਹਿਬ ਅਤੇ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਇਹ ਉਹਨਾਂ ਨਾਲ ਫਿਰ ਪ੍ਰੈਜੈਂਟੇਸ਼ਨ ਦੇ ਕੇ ਆਏ ਆ, ਉਹਨਾਂ ਦੀਆਂ ਕੁਛ ਲਿਮੀਟੇਸ਼ਨਾਂ ਜਿਹੜੀਆਂ ਉਹਨੇ ਸਾਨੂੰ ਲਿਖ ਕੇ ਦਿੱਤੀਆਂ, ਅਸੀਂ ਪੁਰਜ਼ੋਰ ਯਤਨ ਕਰ ਰਹੇ। ਪਰ ਅੱਜ ਮੈਂ ਬਹਿਦੇ ਨਾਲ ਕਹਿ ਸਕਦਾ ਕਿ ਜਿੱਥੇ ਵੀ ਜਾਂਦੀ ਆ ਗੁਰਬਾਣੀ ਫ੍ਰੀ ਆਫ ਕੋਸਟ ਜਾਂਦੀ ਆ। ਇੱਕ ਮੁੱਦਾ ਅਸੀਂ ਆਪਣੇ ਚੈਨਲ ਲਈ ਪੁਰਜ਼ੋਰ ਯਤਨ ਕਰ ਰਹੇ ਹਾਂ, ਉਹਨੂੰ ਬੂਰ ਪੈਂਦਾ ਕਿ ਨਹੀਂ ਪੈਂਦਾ ਉਹ ਬਾਅਦ ਦੀ ਗੱਲ ਆ, ਪਰ ਅਸੀਂ ਯਤਨ ਜਿਹੜੇ ਆ ਉਹ ਜਾਰੀ ਕੀਤੇ। ਧਾਮੀ ਸਾਹਿਬ, ਟੋਟਲ ਕਿੰਨੇ ਨੇ ਬੰਦੀ ਸਿੰਘ ਜਿਹੜੇ ਨੇ? ਯੂਟਿਊਬ ਦੇ ਮੇਰੀ ਬੇਨਤੀ ਸੁਣ ਲਓ, ਆਹ ਯੂਟਿਊਬ ਚੈਨਲ ਸ਼ੁਰੂ ਹੋਣ ਤੋਂ ਬਾਅਦ ਅੱਜ ਵੀ ਸਾਨੂੰ 10-20 ਚੈਨਲ ਰੋਜ਼ ਦੇ ਰੋਜ਼ ਉਹਨਾਂ 'ਤੇ ਉਹ ਕੱਟ ਮਾਰਨਾ ਪੈਂਦਾ। ਕਾਰਨ ਕੀ ਆ ਕਿ ਨਾਲ ਐਡਾਂ ਚਲਾਉਂਦੇ ਆ, ਜਿਹੜੇ ਐਡਾਂ ਚਲਾਉਂਦੀਆਂ ਉਹ ਸ਼੍ਰੋਮਣੀ ਕਮੇਟੀ, ਉਹ ਕੋਈ ਨਹੀਂ ਦੇਖਦਾ ਵੀ ਉਹ ਚਲਾਉਂਦੇ, ਉਹ ਕਹਿੰਦਾ ਜੀ ਸਾਡੇ ਸ਼੍ਰੋਮਣੀ ਕਮੇਟੀ ਕੀ ਕਰਦੀ ਆ। ਇਹਦੀਆਂ ਕੁਛ ਲਿਮੀਟੇਸ਼ਨਾਂ ਤੁਸੀਂ ਮੇਰੇ ਤੋਂ ਵੱਧ ਜਾਣਦੇ ਆ ਕਿਉਂਕਿ ਮੈਂ ਤਾਂ ਇਸ ਰਾਹ ਦਾ ਪਾਂਧੀ ਹੈ ਨਹੀਂ, ਪਰ ਉਹ ਫਿਰ ਜਿਹੜੇ ਸਾਨੂੰ ਉਲਾਂਭੇ ਆਉਂਦੇ ਆ, ਉਹ ਜਿੱਦਾਂ ਹੁਣ ਆ ਪਰਫੋਰਮੈਂਸ ਛਪੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਲਈ, ਉਹ ਛਾਪੇ ਦਾ ਆਪਣੇ ਮੁੱਖ ਸਕੱਤਰ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਆ, ਅਤੇ ਲੋਕ ਕਹਿੰਦੇ ਰਹੇ ਵੀ ਸ਼ਾਇਦ ਸ਼੍ਰੋਮਣੀ ਕਮੇਟੀ ਨੇ ਛਾਪੇ ਆ। ਕੁਛ ਲਿਮੀਟੇਸ਼ਨਾਂ ਹੁੰਦੀਆਂ, ਉਹ ਲਿਮੀਟੇਸ਼ਨਾਂ ਜਿਹੜੇ ਕੋਈ ਐਕਸੀਡ ਕਰਦਾ ਆ ਉਹ ਫਿਰ ਸਾਡੀ ਝੋਲੀ 'ਚ ਪਾ ਦਿੰਦੇ, ਹੁੰਦੀ ਐਕਚੁਅਲੀ ਉਹ ਮੀਡੀਆ ਦੀ ਗੱਲ ਆ। ਧਾਮੀ ਸਰ, ਟੋਟਲ ਕਿੰਨੇ ਨੇ ਬੰਦੀ ਸਿੰਘ ਜੀ ਜਿਨ੍ਹਾਂ ਬਾਰੇ? ਟੋਟਲ ਅਸੀਂ ਅੱਜ ਜਿਹੜੇ ਦੇ ਕੇ ਆਏ ਹਾਂ ਜੀ, ਇਹ 8 ਅਤੇ 3 11 ਦੀ ਦੇ ਕੇ 11। ਇਹ ਮੈਂ ਆਜ ਆਜ ਚੱਕੀ ਚ ਬੰਦ ਕਿਉਂ? ਦੂਸਰੀ ਗੱਲ ਕਿ ਜੇਕਰ ਰਾਜਵਾਣਾ ਦੇ ਮਾਮਲੇ 'ਚ ਤੁਸੀਂ ਗੱਲ ਕੀਤੀ ਇਹਨਾਂ ਨਾਲ ਕਿ ਇਸ ਲੈਵਲ 'ਤੇ ਉਹਨਾਂ ਨੂੰ ਵੀ ਕਾਫੀ ਲਾਈ ਆ ਵਾਰ ਵਾਰ, ਜੇ ਤੁਸੀਂ ਅਪੀਲ ਵਿਦਡਰਾ ਕਰ ਲੈਂਦੇ ਹੋ, ਕੋਈ ਵਿਚਾਰ ਕੋਈ ਮੰਥਨ ਕਰਨ 'ਚ ਫਾਇਦਾ ਨਾ ਕਰਨ 'ਚ ਫਾਇਦਾ ਅਜੇ ਤੱਕ ਵਿਚਾਰ ਹੋ ਰਹੀ ਆ ਉਸ ਅਜੰਡੇ? ਦੇਖੋ, ਆਹ ਜਿਹੜੀ ਮੈਂ ਕਿਸੇ ਦੇ ਓਬਜੈਕਟਿਵ 'ਚ ਜਾਂ ਕਿਤੇ ਹੋਰ, ਆਹ ਜਿਹੜੀ ਨੋਟੀਫਿਕੇਸ਼ਨ ਦਿੱਤੀ ਆ ਇਹ ਇਸੇ ਰਿਮਾਇੰਡ ਕਰਾਉਣ ਨੂੰ ਦਿੱਤੀ ਆ ਕਿ ਤੁਹਾਡੀ ਨੋਟੀਫਿਕੇਸ਼ਨ ਮੁਤਾਬਕ ਉਹ ਕਮਿਊਟ ਹੋ ਗਏ, ਪਰ ਹੋ ਹੀ ਨਹੀਂ, ਉਹਦੇ 'ਤੇ ਐਕਟ ਪਾਉਣ ਨਹੀਂ ਹੋਇਆ ਗਿਆ। ਅਸੀਂ ਇਹੋ ਕਹਿ ਕੇ ਆਏ ਹਾਂ ਵੀ ਇਹ ਸਰਕਾਰ ਦੀ ਨੋਟੀਫਿਕੇਸ਼ਨ ਹੈ, ਇਹ 'ਤੇ ਐਕਟ ਪਾਉਣ ਕਰੋ ਕਿ ਇੱਕ ਬੰਦੇ ਨੂੰ ਆਪਾਂ ਕਹਿ ਰਹੇ ਅਫੀਸ਼ੀਅਲ ਤੌਰ 'ਤੇ ਵੀ ਉਹਦੀ ਲਾਈਫ 'ਚ ਕਰ ਦਿੱਤੀ ਅਤੇ ਉਹ ਅੱਜ ਵੀ ਫਾਂਸੀ ਦੀਆਂ ਚੱਕੀਆਂ ਵਿੱਚ ਬੈਠਾ, ਇਸ ਕਰਕੇ ਅਸੀਂ ਉਹਦੇ ਲਈ ਜਿਹੜੇ ਆ ਵਿਵਸਥਾ ਤੌਰ ਦੇ ਉੱਤੇ ਪੂਰਾ ਯਤਨ ਕਰ ਰਹੇ ਹਾਂ। ਧਾਮੀ ਸਾਹਿਬ, ਇਹ ਨੋਟੀਫਿਕੇਸ਼ਨ ਡਾਇਰੈਕਟ ਵੇ ਕਮਿਊਟ ਕਰਦੀ ਆ
नहीं 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 ये बहुत क्लीयर लिखा आ ये जो लफ्ज हैगा जो मैं थोड़ा पढ़ के दे दिना नहीं केस ऑफ कमीटेशन ऑफ डेथ सेंटेंस टू लाइफ इंप्रिजनमेंट सरदार बलवंत सिंह राजोवाणा सन ऑफ सरदार मलकीत सिंह एज 55 ईयर्स पिंड राजोवाणा ये स्टेट की ड्यूटी कन्वेक्शन चंडीगढ़ जोड़ा गांह यदा दिता डैथ सेंटेंस इन एफ आई आर नंबर 96/95 डेटड एंड 100 कन्विक्टड फॉर 10 ईयर इंप्रिजनमेंट इन एफ आई आर नंबर इन्ना तो नाल कन्विक्टड फॉर 2.5 ईयर इंप्रिजनमेंट इन वो जो देती उस तो बाद जिहड़ा इन्होंने नोटिफिकेशन का फस्ट पैरा फस्ट पे वो लिखा इन्होंने दैट 8 सिख प्रिजनर्स मे बी ग्रांटेड स्पैशल मिशन उन्होंने पर नैक्सट की आ एंड डैथ सेंटेंस ऑफ 1 सिख प्रिजनर मे बी कम्यूटेड टू पर जे नोटिफिकेशन आ मे तो शैल तो बिल का फर्क होंगे पर इन्हों की आप दी नोटिफिकेशन आ जे ये नोटिफिकेशन हैगी तो हैगी भी उस पवित्र देखो असी तो मंगते इंसाफ इंसाफ इस करके मंगते हैं भी एक तो वह पवित्र धरती जिथों गुरु नानक देव पातशाह ने एक समुची मनुखता एक ओंकार के सिद्धांत जोड़िया सरबत के भले का कंसैप्ट लैके सतगुरु जी ने समुची गुरबाणी की उतों सतगुरु जी ने शुरुआत की तो उस पवित्र धरती के उत्ते जल्द कोई वायदा करते हैं तो मेरा ख्याल सब तो पाक के पवित्र धरती वो सुल्तानपुर लोधी की आ जिथों गुरु साहब जी ने एक ओंकार का सिद्धांत दिता सारियां नूं अपने बुकल में लिया उस धरती से जल्द आ अनाउंसमेंटा हुई तो हम ये लागू होनी चाहिए इस भी मंग करके आए धन्यवाद जी थैंक यू जी थैंक यू।